ਜੀ ਸੱਜਣੋ ਅਤੇ ਮਿੱਤਰੋ, ਕੀ ਹਾਲ ਚਾਲ ਏ? ਠੀਕ ਹੋ ਨਾ? ਅੱਜ ਅਸੀਂ ਚੱਲੇ ਹਾਂ ਜੀ ਗ੍ਰਿਲ ਬਰਗਰ ਖਾਣ। ਪਤੋ ਕੀ ਜੋ ਜੀ, ਸਾਡੇ ਕਜ਼ਨ ਆਏ ਸਨ, ਉਹ ਕਹਿੰਦੇ ਨੇ ਜੀ ਸਾਨੂੰ ਚੰਗਾ ਆਇਆ ਜੀ ਲਾਹੌਰ ਦਾ ਗ੍ਰਿਲ ਬਰਗਰ ਖਵਾਓ, ਅਤੇ ਅਸੀਂ ਹੁਣ ਉਹਨਾਂ ਨੂੰ ਲੈ ਕੇ ਚੱਲੇ ਹਾਂ ਜੀ ਬਾਬਡਾ ਟਾਊਨ। ਇਹ ਅਸੀਂ ਪਹੁੰਚ ਗਏ ਹਾਂ ਜੀ ਗ੍ਰਿਲ ਸਪਾਟ। ਇਹ ਜੀ ਬਹੁਤ ਅੱਛਾ ਜੀ ਗ੍ਰਿਲ ਬਰਗਰ ਬਣਾਉਂਦਾ ਬੰਦਾ। ਚਿਕਨ ਦੇ ਜੀ ਪੀਸ ਤੁਸੀਂ ਵੇਖ ਸਕਦੇ ਹੋ, ਬਹੁਤ ਬਰੀਕ ਬਰੀਕ ਕੀਤੇ ਹੋਏ ਨੇ। ਤਾਂ ਕਿੱਥੋਂ ਕਿੱਥੋਂ ਇੰਝ ਲੱਗਦਾ ਪਿਆ ਜਿਵੇਂ ਜ਼ਿਆਦਾ ਹੀ ਕਾਲੇ ਕਰ ਦਿੱਤੇ ਨੇ ਬੰਦੇ ਨੇ। ਇਹ ਬੰਦੇ ਦੀ ਜੀ ਸਪੀਡ ਵੇਖੋ ਤੁਸੀਂ ਕਿੰਨੀ ਜ਼ਿਆਦਾ ਹੈ। ਇਹੋ ਜਿਹੇ ਬੰਦੇ ਨੂੰ ਜੀ ਸਰਕਾਰੀ ਮੁਲਾਜ਼ਮ ਹੋਣਾ ਚਾਹੀਦਾ। ਸਰਕਾਰੀ ਮੁਲਾਜ਼ਮ ਤੁਹਾਨੂੰ ਪਤਾ ਇੱਕ ਇੱਕ ਫਾਈਲ ਨੂੰ ਹੀ ਬਹੁਤ ਲਮਕਾ ਦਿੰਦੇ ਨੇ। ਲਾਈਨ 'ਚ ਖਲੋਤੇ ਖਲੋਤੇ ਜੀ ਬੰਦੇ ਦੇ ਅੱਧੇ ਵਾਲ ਚਿੱਟੇ ਹੋ ਜਾਂਦੇ ਨੇ। ਇਹ ਬੰਦਾ ਹੁਣ ਰੰਗ ਬਿਰੰਗੀਆਂ ਕੈਚਮਾਂ ਪਾਉਂਦੇ ਆ, ਤੁਸੀਂ ਵੇਖ ਸਕਦੇ ਹੋ। ਪਾਈਨਐਪਲ ਵੀ ਰੱਖ ਰਿਹਾ। ਬਰਗਰ ਵੇਖਣ ਨੂੰ ਜੀ ਬਹੁਤ ਚੰਗੇ ਲੱਗਦੇ ਨੇ, ਖਾਣਾ ਬਹੁਤ ਮੁਸ਼ਕਲ ਹੁੰਦਾ ਜੀ। ਪਹਿਲੀ ਚੱਕੀ ਮਾਰੋ ਜੀ, ਕਿਤੋਂ ਪਿਆਜ਼ ਨਿਕਲ ਆਉਂਦਾ, ਅਤੇ ਪਿਆਜ਼ ਨੂੰ ਸਾਈਡ 'ਤੇ ਕਰੋ ਜੀ, ਬੋਟੀ ਦੱਗਾ ਮਾਰ ਕੇ ਅੱਗੇ ਆ ਜਾਂਦੀ, ਬੰਦਾ ਕਰੇ ਤਾਂ ਕਰੇ ਕੀ, ਬਹੁਤ ਹੀ ਔਖਾ ਕੰਮ ਹੈ ਜੀ ਇਹਨੂੰ ਖਾਣਾ। ਇਹ ਜੀ ਸਾਹਮਣੇ ਤੁਸੀਂ ਜਿਹੜਾ ਬੰਦਾ ਵੇਖ ਰਹੇ ਹੋ, ਪੱਤੋ ਕੀ ਦਾ ਪਰੀਜ਼ਾਦ ਹੈ, ਬਹੁਤ ਹੀ ਛੋਟੇ ਦਿਲ ਦਾ ਮਾਲਕ ਹੈ। ਇਹਨੂੰ ਜੀ ਸਾਹਮਣੇ ਤਾਰ ਵੱਜੀ ਹੈ ਜੀ ਕੈਚਅਪ ਦੀ, ਅਤੇ ਪਰੇਸ਼ਾਨ ਹੋ ਗਿਆ, ਖੂਨ ਨਿਕਲ ਆਇਆ। ਕਜ਼ਨ ਬੜਾ ਸ਼ਰਾਰਤੀ ਸੀ। ਬਰਗਰ ਕਾ ਤੋ ਪਤਾ ਨਹੀਂ ਜਿਸਕਾ ਇੰਤਜ਼ਾਰ ਇਤਨਾ ਮਜ਼ੇ ਕਾ, ਤੁਮ ਬਰਗਰ ਵੀ ਮਜ਼ੇ ਕਾ ਹੋਗਾ। ਓਏ ਹਰੂਨ ਬਿੱਲੀ ਤੇਰੇ ਪੈਰਾਂ ਤੇ, ਜਹਾਂ ਪਰ ਮੰਦ ਹਰੂਨ ਬਿੱਲੀ ਆ ਗਈ ਪੈਰਾਂ ਕਿੱਥੇ ਹੈ ਜਹਾਂ ਪਰ। ਲੋ ਜੀ ਵੇਟ ਕਰ ਕਰਕੇ ਹੁਣ ਬਰਗਰ ਵਾਲਾ ਬਰਗਰ ਲੈ ਆਇਆ। ਇਹ ਜੀ ਪਰੀਜ਼ਾਦ ਬਾਰੇ ਗੌਰ ਨਾਲ ਜੀ ਬਰਗਰ ਨੂੰ ਵੇਖ ਰਿਹਾ, ਇਹ ਹੁਣ ਤੁਹਾਨੂੰ ਦੱਸੇਗਾ ਜੀ ਬਰਗਰ ਦੇ ਬਾਰੇ। ਛਾਪੜ ਲੀਕ ਹੁੰਦਾ ਤਾਂ ਤੁਸੀਂ ਸੁਣਿਆ, ਇਹ ਪੱਤੋ ਕੀ ਦੇ ਪਰੀਜ਼ਾਦ ਨੇ ਜੀ ਬਰਗਰ ਨੂੰ ਵੀ ਲੀਕ ਕਰ ਦਿੱਤਾ ਜੀ। ਲਓ ਕਰ ਲਓ ਗੱਲ, ਸਾਰੇ ਤੁਹਾਨੂੰ ਦੱਸ ਰਹੇ ਨੇ ਜੀ ਬਰਗਰ ਬਹੁਤ ਚੰਗਾ ਲੱਗਿਆ ਸਭ ਨੂੰ। ਬਰਗਰ ਖਾਣ ਤੋਂ ਬਾਅਦ ਜੀ ਹੁਣ ਅਸੀਂ ਕੋਲਡ ਕੌਫੀ ਪੀਣ ਚੱਲੇ ਹਾਂ। ਇਹ ਬਾਈ ਨੇ ਜੀ ਸਾਡੇ ਨਾਲ ਪ੍ਰੈਂਕ ਕਰ ਦਿੱਤਾ, ਆਈਸਕ੍ਰੀਮ ਪਾ ਕੇ ਅਤੇ ਉੱਤੋਂ ਕੌਫੀ ਪਾ ਦਿੱਤੀ, ਅਤੇ ਕਹਿੰਦਾ ਜੀ ਚਲੋ ਜੀ ਤੁਹਾਡੀ ਕੋਲਡ ਕੌਫੀ ਬਣ ਗਈ ਆ। ਸਾਨੂੰ ਜੀ ਪਤਾ ਨਹੀਂ ਲੱਗ ਰਿਹਾ ਸੀ ਕੌਫੀ ਖਾਈਏ ਕਿ ਪੀਏ। ਕੌਫੀ ਪੀਣ ਤੋਂ ਬਾਅਦ ਜੀ ਹੁਣ ਸਾਡੀਆਂ ਅੱਖਾਂ ਅਤੇ ਦਿਮਾਗ ਖੁੱਲ੍ਹ ਗਿਆ, ਅਤੇ ਸੜਕਾਂ ਸਾਨੂੰ ਸਾਫ਼ ਸਾਫ਼ ਨਜ਼ਰ ਆ ਰਹੀਆਂ। ਉਮੀਦ ਹੈ ਜੀ ਤੁਹਾਨੂੰ ਮੇਰੀ ਅੱਜ ਵਾਲੀ ਵੀਡੀਓ ਪਸੰਦ ਆਈ ਹੋਏਗੀ। ਅਗਰ ਪਸੰਦ ਆਈ ਹੈ ਤਾਂ ਲਾਈਕ ਕਰ ਦਿਓ ਅਤੇ ਕਮੈਂਟ ਵੀ ਕਰ ਦਿਓ, ਅਤੇ ਨਾਲ ਸ਼ੇਅਰ ਵੀ ਕਰ ਦਿਆ ਜੀ। ਅਗਲੀ ਵੀਡੀਓ ਨਾਲ ਫਿਰ ਮਿਲਾਂਗੇ, ਰੱਬ ਰਾਖਾ।